ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਅੱਜ ਤੋਂ 80 ਕੁ ਵਰੇ ਪਹਿਲਾਂ ਉਹਨਾਂ ਕੰਮੀਆਂ ਦੇ ਵਿਹੜੇ ਵਿੱਚ ਇੱਕ ਐਸਾ ਸੂਰਜ ਮਗਿਆ ਜਿਹਨੂੰ ਸੰਤ ਰਾਮ ਉਦਾਸੀ ਦੇ ਨਾਂ ਨਾਲ ਜਾਣਿਆ ਜਾਂਦਾ, ਪੰਜਾਬ ਦਾ ਉਹ ਇਨਕਲਾਬੀ ਕਵੀ ਜੋ 47 ਵਰਿਆਂ ਦੀ ਗਰੀਬੀ ਅਤੇ ਗੁਰਬਤ ਨਾਲ ਲੜਦਾ ਹੋਇਆ ਜ਼ਿੰਦਗੀ ਭੋਗ ਕੇ ਇਸ ਰੰਗਲੀ ਦੁਨੀਆ ਤੋਂ ਰੁਖਸਤ ਹੋ ਗਿਆ। ਉਹਨਾਂ ਦੀ ਨਜ਼ਮਾਂ ਬਾ ਕਮਾਲ ਨਜ਼ਮਾਂ ਸੀ ਜਿਹੜੀਆਂ ਕਲਮ ਦੇ ਵਿੱਚੋਂ ਚੰਗਿਆੜੀ ਨਿਕਲਦੀ ਸੀ, ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੂੰ ਵੰਗਾਰਦੀ ਸੀ। ਗਰੀਬੀ ਗੁਰਬਤ ਦੇ ਵਿੱਚੋਂ ਨਿਕਲੀ ਹੋਈ ਕਲਮ ਬਾ ਕਮਾਲ ਸੀ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ, ਅਤੇ ਜਿੱਥੇ ਖਾਧੇ ਦੰਦ ਕਰੇੜੇ, ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਕਦੇ ਸੰਤ ਰਾਮ ਉਦਾਸੀ ਦੀ ਕਰਮ ਨੇ ਲਿਖਿਆ, ਜੱਟ ਦਾ ਅਤੇ ਸਿਰੀ ਦਾ ਬਾ ਕਮਾਲ ਦਾ ਰਿਸ਼ਤਾ। ਜਦੋਂ ਫਸਲ ਪੱਕ ਕੇ ਕਈ ਵਾਰੀ ਪੱਕਣ ਜੋਗੀ ਹੁੰਦੀ ਹੈ ਤਾਂ ਕੁਦਰਤ ਕਹਿਰਵਾਨ ਹੋ ਜਾਂਦੀ ਹੈ, ਗੜੇ ਪੈ ਜਾਂਦੇ ਨੇ, ਤਾਂ ਇੰਨਾ ਅਟੁੱਟ ਰਿਸ਼ਤਾ ਸੀ। ਉਹਦੀ ਕਲਮ ਨੇ ਧਾਹਾਂ ਮਾਰੀਆਂ, ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ, ਸਾਡੇ ਪਿੜ ਵਿੱਚ ਤੇਰੇ ਗੱਲ ਚੀਥੜੇ, ਨੀ ਮੇਰੀ ਏ ਜਵਾਨ ਕਣਕੇ, ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿੱਚੋਂ ਨਿਕਲੇ, ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਮਾਂ ਦਾ ਗਮੰਤਰੀ, ਉਹ ਮੇਰੇ ਬੇਜ਼ੁਬਾਨ ਢੱਗਿਆ, ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਅਤੇ ਜਦੋਂ ਕਲਗੀਧਰ ਪਾਤਸ਼ਾਹ ਦੀ ਸਿਫਤ ਕੀਤੀ, ਸਿੱਖੀ ਦੇ ਵਿੱਚ ਉਹਨੇ ਕਲਮ ਚਲਾਈ, ਸਿੱਖੀ ਦੀ ਉਸਤਤ ਕਰਦੇ ਹੋਏ ਤਾਂ ਬਾ ਕਮਾਲ ਲਿਖਿਆ, ਜਿੰਨਾ ਕੰਧ ਸਰਹੰਦ ਦੀ ਤੋੜਨੀ ਏ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ 'ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਇੱਕ ਸੰਤ ਰਾਮ ਉਦਾਸੀ ਜੀ ਦੀ ਬਾ ਕਮਾਲ ਜੋ ਕਲਮ ਸਿੱਖਾਂ ਬਾਰੇ ਲਿਖਦੀ ਹੈ, ਸਿੰਘਾਂ ਬਾਰੇ, ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ, ਵਿਥਿਆ ਸਿੱਖੀ ਦੀ ਜੁਗਾਂ ਤੱਕ ਹਰੀ ਹੋਵੇ, ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ, ਵਿਥਿਆ ਸਿੱਖੀ ਦੀ ਯੁੱਗਾਂ ਤੱਕ ਹਰੀ ਹੋਵੇ, ਬਣੇ ਠਾਹਰ ਜੁਝਾਰੂਆਂ ਯੋਧਿਆਂ ਦੀ, ਲੋੜ ਪਵੇ ਚਮਕੌਰ ਦੀ ਗੜੀ ਹੋਵੇ। ਅਤੇ ਨਜ਼ਮ ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਜੇਰਾ, ਉਸਦੇ ਵਿੱਚ ਬਾ ਕਮਾਲ ਲਿਖਿਆ ਸੰਤ ਰਾਮ ਉਦਾਸੀ ਨੇ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋਡ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਅੱਗੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਗੜ੍ਹ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਸੋ ਐਸੀ ਬੇਬਾਕ ਕਲਮ ਇਨਕਲਾਬੀ ਕਵੀ ਜੋ ਅੱਜ ਦੇ ਦਿਨ, ਅੱਜ ਤੋਂ ਠੀਕ 80 ਵਰੇ ਪਹਿਲਾਂ ਰਾਏਪੁਰ ਜ਼ਿਲ੍ਹੇ ਬਰਨਾਲੇ ਵਿੱਚ ਪੈਦਾ ਹੋਇਆ, 47 ਕੁ ਵਰਿਆਂ ਦੀ ਤੰਗੀਆਂ ਤੁਰਸ਼ੀਆਂ ਅਤੇ ਗੁਰਬਤਾਂ ਭਰੀ ਜ਼ਿੰਦਗੀ ਜੀ ਕੇ ਅਲਵਿਦਾ ਆ ਗਿਆ, ਇਹਨਾਂ ਨਜ਼ਮਾਂ ਦੇ ਰਾਹੀਂ ਇੱਕ ਨਿਮਾਣੀ ਜੀ ਅਕੀਦਤ ਉਹਨਾਂ ਨੂੰ ਭੇਟ ਕੀਤੀ ਹੈ। ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ, ਰੱਬ ਰਾਖਾ। ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ, ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ, ਖੇਡਣ ਜਾਣ ਦੇ ਹੜਾਂ ਦੀ ਹਿੱਕ ਅੰਦਰ, ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ। ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ, ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ।